ਅਸੀਂ ਬੱਸ 'ਚ ਬੈਠੇ ਸੀਗੇ ਉਹ ਮੁੰਡੇ ਨੇ ਖਨੀ ਸ਼ਰਾਬ ਪੀਤੀ ਕੀ ਸੀ ਅਸੀਂ ਬਿਲਕੁਲ ਫਰੰਟ ਤੇ ਸੀਗੇ ਇਹਨੇ ਇੱਕਦਮ ਆਣ ਕੇ ਸ਼ੀਸ਼ਿਆਂ ਦੇ ਵਿੱਚ ਨਾ ਉਹ ਆਪਣੇ ਆ ਦੂਸਰੇ ਨਾ ਲੱਕੜੀ ਦੀ ਡਾਂਗ ਜੀ ਲੈ ਕੇ ਵਿੱਚ ਮਾਨ ਲਾ ਪਿਆ ਅਸੀਂ ਕਿਹਾ ਪਤਾ ਨਹੀਂ ਕੋਈ ਬੱਸ ਨੂੰ ਫ੍ਰੈਕਚਰ ਹੋ ਗਿਆ ਜਿਸ ਤਰ੍ਹਾਂ ਦੇਖਿਆ ਤਾਂ ਇਹਨੇ ਇੱਕਦਮ ਇੱਕ ਆਲੇ ਦੁਆਲੇ ਵੀ ਉਧਰੋਂ ਵੀ ਆਣ ਕੇ ਸਾਡੇ ਨਾ ਬਿਲਕੁਲ ਮਾਰੇ ਸ਼ੀਸ਼ੇ ਸਾਡੇ ਤੱਕ ਆ ਗਏ ਮੈਂ ਬੱਚੇ ਲੈ ਕੇ ਚੀਕਾਂ ਮਾਰਤੀਆਂ ਬੱਚਿਆਂ ਨੂੰ ਲੈ ਕੇ ਇੱਕਦਮ ਥੱਲੇ ਆ ਗਈ ਮੈਂ ਕਿੰਨੀਆਂ ਸਵਾਰੀਆਂ ਬੈਠੀਆਂ ਸੀ ਸਵਾਰੀਆਂ 4-5 ਸੀ ਥੋੜੀਆਂ ਪਿੱਛੇ ਸੀਗੀਆਂ ਅਸੀਂ 2 ਸਵਾਰੀਆਂ ਮੋਰੇ ਸੀਗੀਆਂ ਸੱਟ ਚੋੜ ਤਾਂ ਨਹੀਂ ਲੱਗੀ ਕਿਸੇ ਨੂੰ ਨਹੀਂ ਬਚਾਅ ਹੋ ਗਿਆ ਸੱਟ ਚੋੜ ਤੋਂ ਪਰ ਇਹ ਲੱਭ ਵਾਸਤੇ ਹੈ ਜੀ ਸੂਸਾ ਤੋਂ ਲੈ ਕੇ ਹਿਆਰਪੁਰ ਨੂੰ ਚੱਲਦੀ ਜਿਹੜੀ ਕੀ ਗੱਲਬਾਤ ਹੋਈ ਕਿਹਨੇ ਵੱਲੋਂ ਤੋੜੀ ਗਈ ਹੈ ਬਸ ਪਰ ਇਹ ਮੁੰਡਾ ਹੈ ਜੀ ਜੰਤਰ ਤੇ ਸਾਨੂੰ ਪੱਕਾ ਨਾ ਨਹੀਂ ਪਤਾ ਹੈਗਾ ਕੀ ਆ ਠੀਕ ਹੈ ਜੀ ਤੇ ਅਸੀਂ ਗਏ ਦੂਜੀ ਬੱਸ ਵਾਲੇ ਉਸ ਟੱਪਣੀ ਦਿੱਤੀ ਹੋਈ ਸੀ ਆਪਾਂ ਉਹਨਾਂ ਕੋਲ ਟੱਪਣੀ ਲੈਣ ਗਏ ਆਪਣੀ ਉੱਥੇ ਬੈਠਾ ਹੀ ਮੁੰਡਾ ਡਰਾਈਵਰ ਉਹਨਾਂ ਆਪਾਂ ਗੱਲ ਕਰਦੇ ਪਏ ਸੀ ਉਧਰੋਂ ਡਰਿੰਕ ਕੀਤੀ ਬਈ ਭਾਜੀ ਉਹਨੇ ਠੀਕ ਹੈ ਜੀ ਉਹ ਆ ਕੇ ਕਹਿੰਦਾ ਤੁਸੀਂ ਸੂਸਾ ਵਾਲਿਆਂ ਤੋਂ ਗਾਲਾਂ ਸਾਨੂੰ ਕੱਢੀਆਂ ਕਹਿੰਦਾ ਇਹਨਾਂ ਤੋਂ ਕੀ ਲੈਣਾ ਦੇਣਾ ਤੂੰ ਇਦਾਂ ਦਾ ਕਾਹਦੇ ਬੈਠਾ ਆ ਠੀਕ ਹੈ ਭਾਜੀ ਤੇ ਉਹਨੇ ਨਾਲ ਲੱਗਦਾ ਭਾਜੀ ਸਾਨੂੰ ਨਾ ਉੱਥੇ ਗਾਲੋ ਗਾਲੀ ਸਾਨੂੰ ਕੱਢਣਾ ਮਾਮਾ ਭੈਣਾਂ ਦੀਆਂ ਗਾਲਾਂ ਕੱਢੀਆਂ ਠੀਕ ਹੈ ਉਹਨੇ ਨਾਲ ਹੀ ਗਲੋ ਫੜ ਲਿਆ ਇੱਥੋਂ ਮੈਨੂੰ ਤੇ ਮੈਂ ਵੀ ਭਾਜੀ ਆਪਾਂ ਬਚਾਅ ਦੇ ਵਿੱਚ ਆਪੂ ਨੂੰ ਫੜ ਲਿਆ ਠੀਕ ਹੈ ਜੀ ਤੇ ਮੁੜ ਕੇ ਭਾਜੀ ਉਹਨੇ ਆਣ ਕੇ ਇੱਥੇ ਸ਼ੀਸ਼ਾ ਸਾਡੇ ਗੱਡੀ ਤੇ ਭੰਨ ਦਿੱਤੇ ਕਿੰਨੇ ਜਾਣੇ ਸੀ ਉਹ ਭਾਜੀ ਇਕੱਲਾ ਹੀ ਸੀਗਾ ਜੀ ਦਾਰੂ ਪੀਤੀ ਪਈ ਉਹਨੇ ਪਤਾ ਨਹੀਂ ਕੀ ਮਾਰਿਆ ਗੱਡੀ ਵਿੱਚ ਆਹ ਦੇਖ ਲਓ ਮੇਰੇ ਹਿਸਾਬ ਨਾਲ ਉੱਥੇ ਪਈ ਤੁਹਾਡੇ ਨਾਲ ਬਹਿਸ ਬਸਾਈਏ ਤਾਂ ਕੀ ਕਰਨਾ ਜੀ ਭਾਜੀ ਕੋਈ ਵੀ ਨਹੀਂ ਭਾਜੀ ਉਹਨਾਂ ਤੋਂ ਪਹਿਲਾਂ ਠੇਕੇ ਤੇ ਗੱਡੀ ਸੀਗੀ ਮੁੜ ਕੇ ਇੱਕ ਨੰਬਰ 'ਚ ਮਾਲਕਾ ਕੋ ਚੱਲਣ ਲੱਪੀ ਹੁਣ ਇਸੇ ਕਰਕੇ ਭਾਜੀ ਖੁੰਦਕ ਦੇ ਕਰਕੇ ਦੂਸਰਾ ਆ ਮਤਲਬ ਕਿ ਪੁਰਾਣੀ ਗੱਲ ਨੂੰ ਹਾਂਜੀ ਰੰਜਿਸ਼ ਕਹੀ ਜਾ ਹਾਂਜੀ ਕਿੰਨਾ ਕੁ ਨੁਕਸਾਨ ਹੋਇਆ ਹੁਣ ਬਸ ਭਾਜੀ ਆ ਗੱਡੀ ਦਾ ਮੋਹਲਾ ਫਰੰਟ ਸ਼ੀਸ਼ਾ ਤੋੜਿਆ ਸਾਈਡ ਵਾਲੇ ਦੋ ਸ਼ੀਸ਼ੇ ਟੁੱਟੇ ਹੋ ਜੀ ਕਾਹਦੇ ਨਾਲ ਤੋੜੇ ਕਾਹਦੇ ਨਾਲ ਭਾਜੀ ਆ ਡੰਡਾ ਪਿਆ ਹੈ ਜੀ ਇੱਥੇ ਉਹਨਾਂ ਤੋੜੇ ਹੋ ਜੀ ਪੁਲਿਸ ਆ ਗਈ ਹੁਣ ਮੌਕੇ ਤੇ ਹਾਂਜੀ ਪੁਲਿਸ ਆਈ ਹੈ ਜੀ ਹੁਣ ਸਾਡਾ ਤਾਂ ਫੋਨ ਨਹੀਂ 112 ਤੇ ਲਾਉਂਦਾ ਪਿਆ ਜੀ ਮੈਨੂੰ ਲੱਗਦਾ ਨਹੀਂ ਪਿਆ ਨੁਕਸਾਨ ਕਿੰਨਾ ਕੁ ਹੋਇਆ ਨੁਕਸਾਨ ਭਾਜੀ ਦੇਖ ਲਓ ਹੁਣ ਮੋਹਲਾ ਸ਼ੀਸ਼ਾ ਟੁੱਟਾ ਕਿੰਨੇ ਕੁ ਦਾ ਤੁਹਾਨੂੰ ਇੰਨਾ ਨਾਰਮਲ ਪਤਾ ਨਹੀਂ ਅੰਦਾਜ਼ਾ ਕਿੰਨਾ ਕੁ ਹੋਊਗਾ ਹੁਣ ਹੁਣ ਉਹ ਫਰਾਰ ਹੋ ਗਿਆ ਕਿ ਉਹਨੂੰ ਕਾਬੂ ਕਰ ਲਿਆ ਪੁਲਿਸ ਵਾਲੇ ਦੇ ਨਾਲ ਭਾਜੀ ਬੈਠ ਕੇ ਪੁਲਿਸ ਵਾਲਿਆਂ ਨੂੰ ਵੀ ਗਲਤ ਬੋਲਦਾ ਪਿਆ ਜੀ ਉਹ ਠੀਕ ਹੈ ਡਰਿੰਕ ਕੀਤੀ ਪਈ ਹੈ ਉਹਨੇ ਲੈ ਕੇ ਹੁਣ ਥਾਣੇ ਦੇ ਨਾਲ ਹਾਂਜੀ ਲੈ ਕੇ ਗਏ ਜੀ ਕੀ ਮੰਗ ਕਰਦੇ ਹੋ ਭਾਜੀ ਹੁਣ ਮਾਲਕਾਂ ਨੂੰ ਅਸੀਂ ਤਾਂ ਫੋਨ ਕਰਾਂਗੇ ਮਾਲਕ ਆਉਂਦੇ ਪਏ ਆ ਹੁਣ ਉਹਨਾਂ ਨੇ ਜੋ ਉਹਨਾਂ ਨੇ ਗਾਰਵਾਈ ਕਰਨੀ ਹੋਗੀ ਮਾਲਕ ਕਰਨਗੇ ਅਸੀਂ ਤਾਂ ਕਨੈਕਟਰ ਜੀ ਡਰਾਈਵਰ ਸਾਨੂੰ ਇੱਕ ਮੈਸੇਜ ਆਇਆ ਸੀ ਮੈਸੇਜ ਆਉਣ ਤੇ ਅਸੀਂ ਮੌਕੇ ਤੇ ਗਏ ਮੌਕੇ ਤੇ ਜਾਂਦੇ ਆ ਨੂੰ ਅਸੀਂ ਜਾ ਕੇ ਮਰਨੇ ਫੜ ਕੇ ਅੰਦਰ ਲੈਣ ਦਾ ਠੀਕ ਹੈ ਬੱਸ ਦਾ ਕਿੰਨਾ ਕੁ ਨੁਕਸਾਨ ਹੋਇਆ ਲੱਗਾ ਕੁਝ ਪਤਾ ਜੀ ਅਗਲਾ ਸ਼ੀਸ਼ਾ ਥੋੜਾ ਟੁੱਟਾ ਤੇ ਕਾਰਨ ਕੀ ਬਣਿਆ ਲੜਾਈ ਦਾ ਕੁਝ ਲੱਗਾ ਪਤਾ ਨਹੀਂ ਬਾਕੀ ਤਫਤੀਸ਼ ਚੱਲ ਰਹੀ ਠੀਕ ਹੈ